संयुक्त राज्य अमेरिका ਵਿੱਚ ਜੀਵਨ ਦਾ ਸੁਪਨਾ ਬਹੁਤ ਹੀ ਸਾਰੇ ਭਾਰਤੀ ਖਾਸ ਕਰਕੇ ਗੁਜਰਾਤੀਆਂ ਲਈ ਉਤਸੁਕ ਰਹਿੰਦਾ ਹੈ ਜੋ ਗੈਰ ਕਾਨੂੰਨੀ ਲਾਂਗੇ ਦੀ ਕੋਸ਼ਿਸ਼ ਕਰਦੇ ਹੋਏ ਫੜੇ ਗਏ ਵਿਅਕਤੀਆਂ ਦਾ ਇੱਕ ਮੱਤਗੁਰੂਨ ਹਿੱਸਾ ਬਣਦੇ ਹਨ ਟਾਈਮਸ ਆਫ ਇੰਡੀਆ ਦੀ ਇੱਕ ਰਿਪੋਰਟ ਦੇ ਅਨਸਾਰ 1 ਅਕਤੂਬਰ 2023 ਤੋਂ 30 ਸਤੰਬਰ 2024 ਤੱਕ ਯੂ ایس ਐ ਕਸਟਮ ਅਤੇ ਬਾਰਡਰ ਪੈਟਰੋਲ ਨੇ 29 ਲੱਖ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਹਿਰਾਸਤ ਵਿੱਚ ਲੈਣ ਦੀ ਰਿਪੋਰਟ ਕੀਤੀ ਹੈ ਮੈਕਸੀਕੋ ਅਤੇ ਕੈਨੇਡਾ ਦੁਆਰਾ ਦੇਸ਼ ਵਿੱਚ ਇਹਨਾਂ ਵਿੱਚੋਂ 90414 ਭਾਰਤੀ ਨਾਗਰਿਕਾਂ ਗੈਰ ਕਾਨੂੰਨੀ ਇਮੀਗ੍ਰੇਸ਼ਨ ਉਜਾਾਨਾਂ ਤੇ ਨਜ਼ਰ ਰੱਖਣ ਵਾਲੀ ਭਾਰਤੀ ਏਜੰਸੀ ਦੇ ਸੂਤਰਾਂ ਮੁਤਾਬਕ ਹਿਰਾਸਤ ਵਿੱਚ ਲਏ ਗਏ ਭਾਰਤੀਆਂ ਵਿੱਚ ਲਗਭਗ ਅੱਧੇ ਦੀ ਪਛਾਣ ਗੁਜਰਾਤ ਤੋਂ ਹੋਈ ਹੈ ਇਹ ਖੰਡ ਹਰ ਘਟੇ ਗ੍ਰਫਤਾਰ ਕੀਤੇ ਗਏ ਲਗਭਗ 10 ਭਾਰਤੀਆਂ ਦੇ ਹੈਰਾਨੀਜਨਕ ਅੰਕੜੇ ਦਾ ਅਨੁਭਵ ਕਰਦਾ ਹੈ ਖਾਸ ਕਰਕੇ ਯੂਐਸਏ ਕੈਨੇਡਾ ਸਰਦ ਨੇ ਇਸ ਸਾਲ ਰਿਕਾਰਡ ਤੋੜ 40000 ਤੋਂ ਵੱਧ ਭਾਰਤੀ ਇਹਨੂੰ ਫੜਿਆ ਇਸ ਉਤਰੀ ਰਸਤੇ ਤੋਂ ਫੜੇ ਗਏ ਭਾਰਤੀ ਨਾਗਰਿਕਾਂ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ ਜਦੋਂ ਕਿ ਸਮੁੱਚੀ ਸੰਖਿਆ ਪਿਛਲੇ ਸਾਲ 32 ਲੱਖ ਲੋਕਾਂ ਦੇ ਅੰਕੜੇ ਤੋਂ ਮਾਮਲੀ ਕਮੀ ਦਰਸਾਉਂਦੀ ਹੈ ਪਰ ਰਵਾਇਤੀ ਮੈਕਸੀਕੋ ਮਾਰਗ ਤੇ ਫੜੇ ਗਏ ਭਾਰਤੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ ਵਿੱਤੀ ਸਾਲ 2023 ਵਿੱਚ ਮੈਕਸੀਕੋ ਤੋਂ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਗ੍ਰਾਜ਼ਨ ਵਿੱਚ ਲਏ ਗਏ ਭਾਰਤੀਆਂ ਦੀ ਗਿਣਤੀ 40770 ਸੀ ਜੋ ਕਿ 2024 ਵਿੱਚ ਘਟ ਕੇ 25616 ਰਹਿ ਗਈ ਮਹਾਰ ਇਸ ਤਬਦੀਲੀ ਦਾ ਕਾਰਨ ਸਖਤ ਲਾਗੂ ਕਾਨੂੰਨ ਅਤੇ ਨਵੀਂ ਇਮੀਗ੍ਰੇਸ਼ਨ ਗਤੀਸ਼ੀਲਤਾ ਦੱਸਦੇ ਹਨ ਲੋਕਾਂ ਨੇ ਦੋ ਮੁੱਖ ਕਾਰਨਾ ਕਰਕੇ ਮੈਕਸੀਕੋ ਰਾਹੀਂ ਰਸਤੇ ਦੀਵਰ ਤੋਂ ਬੰਦ ਕਰ ਦਿੱਤੀ ਹੈ ਇੱਕ ਇਹ ਹੈ ਕਿ ਮੈਕਸੀਕੋ ਜਰੀਏ ਜਾਣ ਤੋਂ ਪਹਿਲਾਂ ਉਹਨਾਂ ਨੂੰ ਕੁਝ ਸਮੇਂ ਲਈ ਦੁਬਈ ਜਾਂ ਤੁਰਕੀ ਵਿੱਚ ਲਿਜਾਇਆ ਜਾਵੇਗਾ ਮੈਕਸੀਕੋ ਏਜੰਸੀ ਪਿਛਲੇ ਕੁਝ ਸਮੇਂ ਤੋਂ ਉਹਨਾਂ ਦੇਸ਼ਾਂ ਵਿੱਚ ਜਾ ਰਹੀ ਹੈ ਜਿੱਥੇ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਮਨੂਖੀ ਤਸਕਰੀ ਦੀ ਲੜੀ ਵਿੱਚ ਸਬੰਧ ਤੋੜ ਚੁੱਕੇ ਹਨ ਇਮੀਗ੍ਰੇਸ਼ਨ ਨੈਟਵਰਕ ਦੇ ਇੱਕ ਸਰੋਤ ਨੇ ਇਸ ਨੋਟ ਕੀਤਾ ਹੈ ਇਸ ਦੇ ਨਾਲ ਕੈਨੇਡਾ ਰੂਟ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਰੂਟ ਜਿਸ ਨੂੰ ਘੱਟ ਮੁਸ਼ਕਲਾਂ ਵਾਲਾ ਸਮਝਿਆ ਜਾਂਦਾ ਹੈ ਨਤੀਜੇ ਵਜੋਂ ਨਵਾਂ ਰਸਤਾ ਬਣ ਗਿਆ ਹੈ ਇੱਕ ਸੂਤਰ ਅਨੁਸਾਰ ਗੁਜਰਾਤੀਆਂ ਨੇ ਵੀ ਮੈਕਸੀਕੋ ਨਾਲੋਂ ਕੈਨੇਡਾ ਨੂੰ ਚੁਣਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਉਹ ਆਸਾਨੀ ਨਾਲ ਟੈਕਸੀ ਜਰੀਏ ਅਮਰੀਕਾ ਜਾ ਸਕਦੇ ਹਨ ਹਾਲੀ ਵਿੱਚ ਅਮਰੀਕੀ ਅਧਿਕਾਰੀਆਂ ਨੇ ਸਰੱਤਾਂ ਚੌਕਸੀ ਸਖਤ ਕਰ ਦਿੱਤੀ ਹੈ ਜਿਹੀਂ ਚ ਪ੍ਰਵਾਸੀਆਂ ਨੂੰ ਆਮ ਤੌਰ ਤੇ ਕਨੇਡਾ ਭੇਜਿਆ ਜਾਂਦਾ ਹੈ ਉਹ ਕਨੇਡੀਅਨ ਵਿਜ਼ਟਰ ਵੀਜ਼ਾ ਲੈ ਕੇ ਜਾਂਦੇ ਹਨ ਹਾਲਾਂਕਿ ਪ੍ਰਵਾਸੀ ਕੁਝ ਸਮੇਂ ਬਾਅਦ ਉਸੇ ਰੂਟ ਤੇ ਦੁਬਾਰਾ ਕੋਸ਼ਿਸ਼ ਕਰਦੇ ਹਨ ਅਤੇ ਉਨ੍ਹਾਂ ਅਮਰੀਕਾ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਿੱਚ ਲਗਭਗ 90000 ਤੋਂ ਵੱਧ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ